ਜਦੋਂ ਬੱਚੀ ਦਾ ਵਿਆਹ ਹੁੰਦਾ ਹੈ ਵਰ ਦੇ ਨਾਲ ਵਧੂ ਕਾ ਵਿਆਹ ਹੁੰਦਾ ਹੈ ਵਰ ਕੇ ਸਾਥ ਤੇ ਜਦੋਂ ਡੋਲੀ ਜਾਂਦੀ ਹੈ ਤੇ ਉਹ ਆਖਦੀ ਹੈ ਹੁਣ ਮੇਰੇ ਪਿਤਾ ਨੇ ਮੇਰਾ ਪੱਲਾ ਤੇਰੇ ਹੱਥ ਫੜਾਇਆ ਅੱਖ ਸ੍ਰੀ ਹੁਣ ਮੈਂ ਤੇਰੇ ਪੱਲੇ ਲੱਗੀ ਹੱਬੇ ਸਾਖ ਕੁੜਾਵੇ ਡਿੱਠੇ ਪੱਲੇ ਤੈਂਡੇ ਲਾਗੇ ਹੁਣ ਤਾਂ ਮੇਰਾ ਸਾਰਾ ਜੀਵਨ ਤੇਰੇ ਹੀ ਨਾਲ ਹੈ ਧੰਨ ਬਾਬਾ ਨੰਦ ਸਿੰਘ ਵੀ ਵਚਨ ਕਰਦੇ ਸਨ ਇਸਤਰੀ ਦੀ ਆਪਣੇ ਪਤੀ ਕੇ ਸਾਥ ਬਣ ਆਵੇ ਪੁੱਤਰ ਦੀ ਆਪਣੇ ਪਿਤਾ ਦੇ ਨਾਲ ਬਣ ਆਵੇ ਤੇ ਸਿੱਖ ਦੀ ਆਪਣੇ ਗੁਰੂ ਨਾਲ ਬਣ ਆਵੇ ਇਸੇ ਧਰਤੀ ਤੇ ਹੀ ਸਵਰਗ ਬਣ ਜਾਂਦਾ ਅੱਖਰ ਸ੍ਰੀ ਚਾਰ ਗੱਲਾਂ ਦੋਨੋਂ ਵਿੱਚ ਸਮਾਨ ਹੋਊ ਜਿਨ੍ਹਾਂ ਦਾ ਵਿਆਹ ਹੋ ਰਿਹਾ ਹੈ ਬੱਚੇ ਤੇ ਬੱਚੀ ਦੇ ਵਿੱਚ ਚਾਰ ਬਾਤੋਂ ਕਾ ਵਿਸ਼ੇਸ਼ ਧਿਆਨ ਆਚਾਰ ਵਿਚਾਰ ਸਤਕਾਰ ਤੇ ਪਿਆਰ ਅੱਖ ਸ੍ਰੀ ਇੱਕ ਤਾਂ ਆਚਾਰ ਦੋਨੋਂ ਕਾ ਉੱਚਾ ਜਿਹੜਾ ਜੀਵਨ ਹੋਵੇ ਨਾ ਜੇ ਇੱਕ ਦੇ ਪੱਲੇ ਲੱਗੀ ਹੈ ਤਾਂ ਫਿਰ ਕਿਤੇ ਹੋਰ ਝਾਂਕ ਨਾ ਹੋਵੇ ਤੇ ਬੱਚੇ ਕਾ ਵੀ ਜੀਵਨ ਐਸਾ ਹੋਵੇ ਬਈ ਜਿਹਦੇ ਨਾਲ ਵਿਆਹ ਹੋਇਆ ਹੁਣ ਮੇਰੀ ਇਹ ਘਰਵਾਲੀ ਹੈ ਜਿਹਦੇ ਨਾਲ ਲਾਵਾਂ ਹੋਈਆਂ ਇਹਦੇ ਨਾਲ ਮੈਂ ਆਪਣਾ ਜੀਵਨ ਗੁਜ਼ਾਰਨਾ ਵੇਖ ਬਰਾਈਆਂ ਚੰਗੀਆਂ ਮਾਵਾਂ ਧੀਆਂ ਪੈਣਾ ਜਾਣ ਆਪਣੇ ਤੋਂ ਉਮਰ ਵਿੱਚ ਵੱਡੀ ਹੈ ਉਹਨੂੰ ਮਾਂ ਜੈਸਾ ਸਤਿਕਾਰ ਦੇਣਾ ਆਪਣੇ ਉਮਰ ਕੀ ਬਰਾਬਰ ਹੈ ਤਾਂ ਉਸਨੂੰ ਆਪਣੀ ਭੈਣ ਸਮਝਣਾ ਤੇ ਜੇ ਉਮਰ ਵਿੱਚ ਛੋਟੀ ਹੈ ਕੋਈ ਬੱਚੀ ਤਾਂ ਉਹਨੂੰ ਆਪਣੀ ਬੇਟੀ ਸਮਝਣਾ ਅੱਖ ਸ੍ਰੀ ਏਕਾ ਨਾਰੀ ਜੱਦੀ ਹੈ ਔਰ ਨਾਰੀ ਦੀ ਭੈਣ ਵਖਾਣੇ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪੈਣਾ ਜਾਣ ਜਦੋਂ ਐਸਾ ਜੀਵਨ ਹੋਏਗਾ ਆਚਾਰ ਕਰੈਕਟਰ ਦੋਨੋਂ ਦਾ ਉੱਚਾ ਦੂਸਰਾ ਵਿਚਾਰ ਦੋਨੋਂ ਦੇ ਵਿਚਾਰ ਆਪਸ ਵਿੱਚ ਮਿਲਣੇ ਬੜੇ ਜ਼ਰੂਰੀ ਅੱਖ ਸ੍ਰੀ ਹੁਣ ਗੱਡੀ ਦੇ ਟਾਇਰ ਕੋਈ ਵੱਡੀ ਕੰਪਨੀ ਗੱਡੀ ਦਾ ਲਾ ਦਿਓ ਦੂਜਾ ਕੋਈ ਛੋਟੀ ਗੱਡੀ ਦਾ ਉਹ ਠੀਕ ਨਹੀਂ ਚੱਲੇ ਚਾਰੋਂ ਟਾਇਰ ਇਸ ਵਾਸਤੇ ਗੱਡੀ ਦੇ ਜਿਹੜੇ ਟਾਇਰ ਜਿਵੇਂ ਵੇਖਦੇ ਨੇ ਮਿਸਤਰੀ ਫਿਰ ਉਹਨਾਂ ਨੂੰ ਪੂਰਾ ਸੈੱਟ ਕਰਕੇ ਤਾਂ ਗੱਡੀ ਦੌੜਾਉਂਦੇ ਦੋਨੋਂ ਦੇ ਵਿਚਾਰ ਆਪਸ ਵਿੱਚ ਜੀਵਨ ਵਿੱਚ ਪਿਆਰ ਨਾਲ ਮਿਲਣਗੇ ਤੇ ਸਾਥ ਸੰਗਤ ਫਿਰ ਗ੍ਰਸਤ ਦੀ ਗੱਡੀ ਐਨ ਦੌੜੇਗੀ ਅੱਖ ਸ੍ਰੀ ਕੋਈ ਰੁਕਾਵਟ ਨਹੀਂ ਪਹਿਲਾ ਆਚਾਰ ਦੂਜਾ ਵਿਚਾਰ ਤੀਸਰਾ ਫਿਰ ਸਤਕਾਰ ਜੇ ਬੱਚੀ ਆਪਣੇ ਮਾਇਕਾ ਛੱਡ ਕੇ ਸਸੁਰਾਲ ਆਈ ਹੈ ਹੁਣ ਜਿਹੜੇ ਉਸਦੇ ਪਤੀ ਦੇ ਮਾਤਾ ਪਿਤਾ ਹਨ ਉਹ ਉਹਨਾਂ ਨੂੰ ਆਪਣੇ ਮਾਤਾ ਪਿਤਾ ਦੀ ਤਰ੍ਹਾਂ ਉਹਨਾਂ ਦਾ ਵੀ ਉਸੇ ਤਰ੍ਹਾਂ ਸਤਿਕਾਰ ਕਰੇ ਹੁਣ ਇਹ ਮੇਰੇ ਮਾਤਾ ਪਿਤਾ ਤੇ ਬੱਚਾ ਬੱਚੀ ਦੇ ਮਾਤਾ ਪਿਤਾ ਨੂੰ ਆਖੇ ਵੀ ਇਹ ਮੇਰੇ ਮਾਤਾ ਪਿਤਾ ਉਹ ਅਜਿਹਾ ਸਤਿਕਾਰ ਦੇ ਅੱਖ ਸ੍ਰੀ ਜਦੋਂ ਇੱਕ ਦੂਜੇ ਦੇ ਪਰਿਵਾਰਾਂ ਨੂੰ ਵੱਡਿਆਂ ਨੂੰ ਸਤਿਕਾਰ ਦਿਓਗੇ ਕਿਉਂਕਿ ਜਿਸ ਘਰ ਵਿੱਚ ਆਪਣੇ ਬਜ਼ੁਰਗਾਂ ਦਾ ਵੱਡਿਆਂ ਦਾ ਸਤਿਕਾਰ ਹੁੰਦਾ ਹੈ ਉਹਨਾਂ ਘਰਾਂ ਵਿੱਚ ਬਰਕਤਾਂ ਹੁੰਦੀਆਂ ਤੇ ਚੌਥਾ ਪਿਆਰ ਜੀਵਨ ਵਿੱਚ ਸਦਾ ਪ੍ਰੇਮ ਬਣਿਆ ਰਹੇ ਸਦਾ ਪ੍ਰੇਮ ਬਣਿਆ ਰਹੇ ਗੁਰੂ ਕਿਰਪਾ ਕਰੇ ਅੱਜ ਇਹਨਾਂ ਕਾਰਜਾਂ ਨੂੰ ਲੈ ਕੇ ਇਸ ਪਰਿਵਾਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਾਏ ਹਨ ਕੀਰਤਨ ਦਾ ਇਹ ਸਮਾਗਮ ਸਤਿਗੁਰੂ ਜੀ ਨੇ ਸਮਾਂ ਇਹ ਸੋਹਣਾ ਸਤਸੰਗ ਦਾ ਸਮਾਂ ਬਖਸ਼ਿਆ ਹੈ ਪਰਿਵਾਰ ਨੂੰ ਸੰਗਤ ਨੂੰ ਆਇਆਂ ਦਾ ਸਫਲ ਹੋਵੇ ਸਾਰਿਆਂ ਦਾ ਕਿ ਅਸੀਂ ਇੱਥੋਂ ਆ ਕੇ ਕੁਝ ਗੁਰੂ ਕੀ ਬਾਤ ਸਿੱਖ ਕੇ ਜਾਈਏ ਕਿਉਂਕਿ ਜਦ ਤੱਕ ਸੁਣਾਂਗੇ ਨਹੀਂ ਤਾਂ ਮੰਨਾਂਗੇ ਕਿੱਥੇ ਇਸ ਵਾਸਤੇ ਸਤਸੰਗ ਵਿੱਚ ਆ ਕੇ ਜੋ ਸੁਣੀਏ ਉਹਨੂੰ ਪੱਲੇ ਬੰਨ ਕੇ ਲੈ ਜਾਈਏ ਖਬਰੇ ਕੋਈ ਵਚਨ ਸਾਡੇ ਕੰਮ ਆ ਜਾਵੇ ਬਾਬਾ ਰਵਿਦਾਸ ਜੀ ਕਹਿੰਦੇ ਹੇ ਪ੍ਰਭੂ ਜਿਵੇਂ
पतिव्रता स्त्री दी प्रीत अपने पति नाल है ते मेरी भी प्रीत प्रभु तेरे चरणा नाल है। जिवें उसका होर कोई नहीं मेरा भी तेरे बिना कोई नहीं। साची प्रीत गम तुम सियो जोरी तुम सियो जोरी चली गई है हुण तां पति इजाजत देवेगा ते माता पिता दे घर आवांगी जे तू नहीं भेजेगा तो फिर उत्थों भी रह गई है। अख श्री ते माता पिता भी अपनी बच्ची वास्ते सदा अरदास करने वाए गुरु जिस घर विच तू भेजे है मेरी धी मेरी बच्ची उत्थे सुखी वसे। जिहड़े मां प्यो अपनी बच्चियां दे घरां विच दखल दिंदे ने गल गल विच पुछदे ने की हो रहा उत्थे की हो रहा हर गल विच धी दे घर विच मां प्यो जिहड़े दखल दिंदे ने उहनां दीआं धीआं फिर कदे सुखी नहीं वसदियां। इस वास्ते बच्ची वास्ते अरदास करदे ने मालिक इस घर विच जिथे तू संजोग लिखे मेरी बच्ची गई है हुण कृपा करी ए जोड़ी सदा तेरे चरणा नाल जुड़ी रवे नाम जपदी रवे ते इन्हां दे जीवन विच रोज नवीं खुशियां आंदियां रहन। साची प्रीत गम तुम सियो जोरी तुम सियो अपने पिता दे घरों जाओ क्योंकि यह सब तो वड्डा दाज है जो अपने माता पिता दे शुभ गुण लैके बच्चियां आंदियां। आखो श्री गुर मिल चज आचार सिख तुद कदे न लगे दुख। जेड़े पेके दे घरों सब कुछ काम सिख के आंदियां न ओ सोहरियां दे घर फिर सुखी रहंदियां। गुरु अंगद देव जी ने आख्या बेटा तीन पब्बे ए पढ़ाई पढ़ लै पहला पब्बा हुण तू वड्डे घर दी जा रही है उत्थे वेखे इस घर का अहंकार लैके नाल ना जाए। पहला पब्बा उत्थे जो कुछ कोई गलती हो जावे अगों जवाब नहीं देना इको ही गल आखनी है मैं भुल गई जी। अख श्री दूजा पब्बा कोई वड्डे बचन करन आखे भला जी पिता जी सत बचन। ते तीजा जैसा जीवन विच समा आवे परमेश्वर दे पाणी नू मिठा करके मन्नी पुत्र गुरु नानक सदा तुहाडे अंग संग साई होएगा। निवण सो अखर किवण गुण जेवा मणिया मंत ए त्रै भेणे वेस कर तां वस आवी कंत। जे तू अपने पति नू अपने वस विच रखना चाहनी है ना तां सतगुरु बाणी विच कहिंदे कई जांदियां मौलवियां कोलों तवीजां बना लियांदियां बई मैं अपने पति नूं वस विच कर लूंगा कुछ होर तरीका अपनांदे ते मेरे पातशाह कहिंदे आ मेरी बच्चीए मैं भी तेनूं तीन गुण देवां एक तां निम्रता विच रहीं दूजा मिठा बोलीं
ते जे गलती हो जावे तेरे तो भूल मन लई, जे किसी होर छोटे कोलो गलती हो जावे ते उन्हूं क्षमा कर दे। अख श्री ये गुण हैं ये सतगुरों के दर तो सतगुरु कृपा करन। आज जिहड़े कारजां वास्ते सतगुरु जी नूं इत्थे लियाए गए हैं, धन गुरु ग्रंथ साहिब महाराज आए हैं, कीर्तन हो रहा है, असीं इन्हां बाबे दी बाणी विच्चों सतगुर दी बाणी विच्चों कोई शुभ गुण ग्रहण करके जावांगे ते फिर पता सानू सतगुरु की देणगे। लख खुशियां पावे शाइयां जे सतगुर नदे सारी कृपा करे। लख खुशियां बादशाहियां जे सतगुर नदर गए। लख खुशियां बादशाहियां
सफल मूर्त सफला घड़ी जित सच्चे नाल प्यार दुख संताप न लगई जिस हर का नाम आधार बहां पकड़ गुर काटिया सोई उतरे अपार टोई दिस ही नो मिले जिन पूरा गुर लवा नानक बता घर तगा जिथे निर्दिन जन्म जरा लख खुशियां लख खुशियां लख खुशियां पात शाइयां जे सतगुर नदर करे सारे बोलो जे सतगुर नदर करे जे सतगुर नदर करे जे सतगुर नदर करे।